ਚਾਚੇ ਨੇ ਕੀਤੀ ਤਰੱਕੀ ਤਾਂ ਭਤੀਜ ਨੇ ਯਾਰਾਂ ਵੱਲੋਂ ਭੇਜੀ ਚਾਚੇ ਨੂੰ ਧਮਕੀ, ਮੰਗੀ 3 ਕਰੋੜ ਦੀ ਫਰੌਤੀ। ਤਾਂ ਦੱਸ ਦਈਏ ਕਿ ਕਿਸੇ ਨੇ ਸਹੀ ਕਿਹਾ ਏ ਕਿ ਤੁਹਾਡੀ ਤਰੱਕੀ ਤੁਹਾਡੇ ਆਪਣੇ ਹੀ ਨਹੀਂ ਜਰਦੇ। ਇਸੇ ਗੱਲ 'ਤੇ ਢੁੱਕਦਾ ਹੋਇਆ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਸ਼ਖਸ ਨੇ ਦਿਨੋਂ ਦਿਨ ਤਰੱਕੀ ਕੀਤੀ, ਜਿਸ ਕਰਕੇ ਉਸਦਾ ਭਤੀਜ ਲਾਲਚ ਦੇ ਵਿੱਚ ਆ ਗਿਆ। ਉਸਦੇ ਭਤੀਜ ਨੇ ਸੋਚਿਆ ਕਿ ਉਹ ਵੀ ਸ਼ਾਰਟਕੱਟ ਮਾਰ ਕੇ ਅਮੀਰ ਹੋਵੇਗਾ, ਜਿਵੇਂ ਫਿਲਮਾਂ ਦੇ ਵਿੱਚ ਗੈਂਗਸਟਰ ਅਤੇ ਅੰਡਰਵਰਲਡ ਡਾਊਨ ਹੋ ਜਾਂਦੇ ਨੇ। ਤਾਂ ਉਸ ਮੁੰਡੇ ਨੇ ਆਪਣੇ ਚਾਚੇ ਨੂੰ ਬਾਹਰ ਬੈਠੇ ਦੋਸਤ ਦੇ ਕੋਲੋਂ ਫੋਨ ਕਰਵਾਇਆ। ਦਰਅਸਲ ਇਸ ਮੁੰਡੇ ਦਾ ਦੋਸਤ ਬਾਹਰ ਮਨੀਲਾ ਦੇ ਵਿੱਚ ਰਹਿੰਦਾ ਹੈ, ਜਿੱਥੋਂ ਦੀ ਇਸ ਸ਼ਖਸ ਨੂੰ ਫੋਨ ਆਇਆ ਸੀ। ਇਸਦੇ ਚਾਚੇ ਨੂੰ ਜਦ ਫੋਨ ਆਇਆ ਤਾਂ ਅੱਗੋਂ 3 ਕਰੋੜ ਉਸਨੇ ਮੰਗੇ, ਤਾਂ ਚਾਚੇ ਦੇ ਵੱਲੋਂ ਕੰਪਲੇਂਟ ਦਰਜ ਕਰਾਈ ਗਈ ਅਤੇ ਹੁਣ ਇਹ ਪੁਲਿਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦਰਅਸਲ ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਮੁੱਲਾਪੁਰ ਇਲਾਕੇ ਦੇ ਵਿੱਚ ਜਿੱਥੋਂ ਦਾ ਇੱਕ ਕਾਰੋਬਾਰੀ ਜਿਸਦਾ ਭਤੀਜ ਹੀ ਉਸਦੇ ਕੋਲੋਂ 3 ਕਰੋੜ ਦੀ ਫਰੌਤੀ ਮੰਗ ਰਿਹਾ ਸੀ ਅਤੇ ਇਸ ਨੂੰ ਪਤਾ ਹੀ ਨਹੀਂ ਲੱਗਿਆ। ਤਾਂ ਦੱਸ ਦਈਏ ਕਿ ਇਹ ਮੁੱਲਾਪੁਰ ਅਤੇ ਜਗਰਾਓਂ ਦੇ ਏਰੀਏ ਦੇ ਵਿੱਚ ਰਹਿਣ ਵਾਲਾ ਜਿਹੜੇ ਇਹ ਨੌਜਵਾਨ ਨੇ, ਜਿਨ੍ਹਾਂ ਨੇ ਇਸ ਸ਼ਖਸ ਦੇ ਕੋਲੋਂ, ਇਸ ਕਾਰੋਬਾਰੀ ਦੇ ਕੋਲੋਂ ਫਰੌਤੀ ਮੰਗੀ। ਤਾਂ ਦੇਖ ਸਕਦੇ ਹੋ ਤੁਸੀਂ ਕਿ ਕਿਵੇਂ ਇਹ ਸ਼ਖਸ ਜੋ ਪੁਲਿਸ ਦੀ ਬੇੜੀਆਂ ਦੇ ਵਿੱਚ ਜਕੜਿਆ ਹੋਇਆ ਹੈ, ਇਸਨੇ ਆਪਣੇ ਹੀ ਚਾਚੇ ਦੇ ਕੋਲੋਂ 3 ਕਰੋੜ ਦੀ ਫਰੌਤੀ ਮੰਗਵਾਈ। ਅਸੀਂ ਸਰਾਭਾ ਨਗਰ ਥਾਣੇ ਇੱਕ ਸਾਨੂੰ ਐਕਸਟ੍ਰੋਸ਼ਨ ਲਈ ਕਾਲ ਦੀ ਜਿਹੜੀ ਹੈਗੀ ਆ ਉਹ ਰਿਪੋਰਟ ਆਈ ਸੀ। ਗੌਰਵ ਮਿੱਤਲ ਨੇ 621 ਬੀ ਅਗਰ ਨਗਰ ਦੇ ਰਹਿਣ ਵਾਲੇ, ਉਹਨਾਂ ਨੇ ਫੋਨ ਕਰਕੇ ਸਾਨੂੰ ਦੱਸਿਆ ਕਿ ਸਾਨੂੰ ਇੱਕ ਕਾਲ ਆਈ ਹੈ, ਵਟਸਐਪ ਕਾਲ, ਜਿਹੜਾ ਬਾਹਰਲਾ ਕੋਈ ਨੰਬਰ ਆ, ਉਹਦੇ ਤੋਂ ਸਾਨੂੰ ਧਮਕੀ ਮਿਲੀ ਹੈ ਕਿ 3 ਕਰੋੜ ਰੁਪਈਆ ਤੁਸੀਂ ਸਾਨੂੰ ਦਿਓ, ਨਹੀਂ ਤਾਂ ਅਸੀਂ ਤੁਹਾਡੇ ਬੱਚਿਆਂ ਨੂੰ, ਵਾਈਫ ਨੂੰ ਜਿਹੜਾ ਹੈਗਾ ਅਸੀਂ ਤੁਹਾਨੂੰ ਮਾਰ ਦਿਆਂਗੇ। ਉਹ ਕਾਲ ਤੋਂ ਜਿਹੜਾ ਹੈਗਾ ਸਾਡੀ ਪੁਲਿਸ ਟੀਮ ਨੇ, ਸਾਡੇ DSP ਸਰਾਭਾ ਨਗਰ ਅਤੇ SHO ਸਾਹਿਬ ਨੇ ਫਰਦਰ ਜਿਹੜੀ ਆ ਉਸ ਗੱਲ 'ਤੇ ਤਫਤੀਸ਼ ਕਰਦੇ ਮੁਕੱਦਮਾ ਦਰਜ ਕਰਕੇ ਅਸੀਂ ਜਿਹੜਾ ਹੈਗਾ ਉਹਦੇ 'ਚ ਤਜਿੰਦਰ ਸਿੰਘ ਗਿੱਲ ਅਤੇ ਇੱਕ ਅੰਮ੍ਰਿਤਪਾਲ, ਜਿਹੜੇ 2 ਬੰਦੇ ਆ, ਅਸੀਂ ਉਹਨਾਂ ਨੂੰ ਅਰੈਸਟ ਕੀਤਾ। ਉਹ ਦੋਨੋਂ ਜਿਹੜੇ ਹੈਗੇ ਆ ਇੱਕ ਮੁੱਲਾਪੁਰ ਔਰ ਜਗਰਾਓਂ ਦੇ ਏਰੀਏ ਦੇ ਰਹਿਣ ਵਾਲੇ ਹੈਗੇ ਆ। ਉਹਨਾਂ ਨੇ ਰੈਕੀ ਕੀਤੀ ਸੀ, ਰੈਕੀ ਕਰਕੇ ਜਿਹੜੀਆਂ ਫੋਟੋਗ੍ਰਾਫਸ ਨੇ ਉਹ ਅੱਗੇ ਬਾਹਰ ਜਿਹੜੀਆਂ ਹੈਗੀਆਂ ਉਹ ਟ੍ਰਾਂਸਫਰ ਕੀਤੀਆਂ ਸੀ। ਜਿਹੜਾ ਤਜਿੰਦਰ ਗਿੱਲ ਹੈ ਇਹਦੇ 'ਤੇ ਪਹਿਲਾਂ 4 ਮੁਕੱਦਮੇ ਦਰਜ ਹੈ ਜੀ, 2 ਤਾਂ ਲੁਧਿਆਣੇ, 1 ਤਾਂ ਸਰਾਭਾ ਨਗਰ ਥਾਣੇ ਦਾ ਮੁਕੱਦਮਾ ਹੈ, 1 ਲਾਡੂਵਾਲ ਥਾਣੇ ਦਾ ਮੁਕੱਦਮਾ ਦਰਜ ਆ, 1 ਇਹਦੇ 'ਤੇ 2 ਕਾਰ ਚੋਰੀ ਦੇ ਪਰਚੇ ਦਰਜ ਆ, 1 ਬਰਨਾਲੇ ਹੋਇਆ ਸੀ, 1 ਮੋਗੇ ਸੀਗਾ, ਉਹ ਸ਼ਾਇਦ ਬਰੀ ਹੋ ਚੁੱਕਾ ਹੈ। ਫੋਰਚੂਨਰ ਦੇ ਤਾਏ ਦੇ ਮੁੰਡੇ ਦੇ ਨਾਮ 'ਤੇ ਜਿਹੜੀ ਸਾਨੂੰ RC ਮਿਲੀ ਆ, ਉਹ ਜਿਹੜੀ ਹੈਗੀ ਆ ਅਸੀਂ ਗੱਡੀ ਜਿਹੜੀ ਇਹਦੇ ਇੱਕ ਪੇਪਰ ਨੇ, ਮਤਲਬ ਇਹਦੇ ਤਾਏ ਦੇ ਨਾਂ ਦੇ ਜਾਂ ਤਾਏ ਦੇ ਮੁੰਡੇ ਦੇ ਨਾਂ 'ਤੇ ਹੈਗੀ ਆ ਫੋਰਚੂਨਰ ਜਿਹੜੀ ਗੱਡੀ ਆ। ਨਹੀਂ, ਵਟਸਐਪ ਤੋਂ ਕਾਲ ਆਈ ਆ ਸਾਨੂੰ, ਜਿਹੜਾ ਵਟਸਐਪ ਦੀ ਆਈਡੀ ਅੱਗੇ ਉਹਦਾ ਨੰਬਰ ਹੁੰਦਾ ਜੀ 6-4, ਉਹ ਮਨੀਲਾ ਦਾ ਨੰਬਰ ਆ, ਇਹਦੇ ਜਿਹੜੇ ਤਾਇਆ ਜੀ ਦਾ ਬੇਟਾ, ਜਿਹੜਾ ਦੂਜਾ ਸਾਡਾ ਅਕਿਊਜ਼ਡ ਆ ਰਮਨਦੀਪ ਸਿੰਘ, ਉਹ ਇਹਦੇ ਤਾਇਆ ਜੀ ਦਾ ਬੇਟਾ ਆ, ਉਹ ਮਨੀਲਾ 'ਚ ਰਹਿੰਦਾ ਹੈ। ਨਹੀਂ ਜੀ, 9mm ਪਿਸਟਲ ਆ, ਇਹਦੀ ਗੱਡੀ 'ਚੋਂ ਬਰਾਮਦ ਹੋਇਆ, ਇਹਦੇ ਕੋਲ ਲਾਇਸੈਂਸ ਨਹੀਂ ਪੇਸ਼ ਕਰ ਸਕਿਆ, ਉਹ ਅਸੀਂ ਵੈਰੀਫਾਈ ਕਰਾਂਗੇ, ਜਿਹੜੇ ਵੀ ਇਹ ਜਿੱਥੇ ਉਹਦਾ ਰਹਿਣ ਵਾਲਾ ਉੱਥੇ ਅਸੀਂ ਭੇਜ ਕੇ ਇਹਦਾ ਅਸਲਾ ਜਿਹੜਾ ਚੈੱਕ ਕਰਾਵਾਂਗੇ, ਜਾਇਜ਼ ਆ ਕਿ ਨਜਾਇਜ਼ ਆ।